ਸਤਿ ਸ਼੍ਰੀ ਅਕਾਲ ਪੰਜਾਬ ਮੇਲ USA TV ਗੱਲ ਦਿਲ ਦੀ। ਮੈਂ ਹਾਂ ਸੰਜੀਵ ਯਸ਼ ਖੰਨਾ। ਕਹਿੰਦੇ ਨੇ ਖੇਡਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਕਿਉਂ ਹੁੰਦਾ ਬਈ? ਕਿਉਂਕਿ ਖੇਡਣਾ ਸਾਨੂੰ ਬਚਪਨ ਤੋਂ ਪਸੰਦ ਹੈ। ਜ਼ਰੂਰੀ ਨਾ ਹੋਵੇ, ਹੋਵੇ ਜਾਂ ਨਾ ਹੋਵੇ, ਸਾਨੂੰ ਪਸੰਦ ਹੈ। ਇਸ ਕਰਕੇ ਖੇਡਣਾ ਜ਼ਰੂਰੀ ਹੈ, ਕਿਉਂਕਿ ਸਾਨੂੰ ਪਸੰਦ ਹੈ। ਬਚਪਨ 'ਚ ਨਾ ਮਤਲਬ ਮਾਵਾਂ ਆਵਾਜ਼ਾਂ ਮਾਰ ਮਾਰ ਕੇ ਥੱਕ ਜਾਂਦੀਆਂ ਸੀ, ਅਸੀਂ ਘਰ ਨਹੀਂ ਵੜਦੇ ਹੁੰਦੇ ਸੀ। ਖੇਡਣਾ 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 ਖੇਡਣਾ, ਕਿਉਂਕਿ ਹੋਰ ਕੋਈ ਸਾਧਨ ਨਹੀਂ ਸੀਗੇ ਮਨੋਰੰਜਨ ਦੇ। ਇਹ ਖੇਡਾਂ ਹੀ ਹੁੰਦੀਆਂ ਸੀ ਸਾਡੇ ਕੋਲ, ਪੜ੍ਹਨਾ, ਲਿਖਣਾ, ਖੇਡਣਾ। ਚਲੋ ਜੀ, ਖੇਡਣ ਚੱਲੀਏ। ਸਾਰੇ ਮਿੱਤਰਾਂ ਨੇ ਸ਼ਾਮ ਨੂੰ ਇੱਕ ਦੂਜੇ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ, ਆ ਓਏ ਆ ਓਏ। ਚਲੋ ਜੀ, ਪਰ ਅੱਜ ਕੱਲ੍ਹ ਦੇ ਬੱਚੇ ਖੇਡਦੇ ਹੀ ਨਹੀਂ ਯਾਰ, ਸਾਰਾ ਦਿਨ ਮੋਬਾਈਲ ਦੇ ਉੱਤੇ ਹੀ। ਮੈਂ ਹਾਕੀ ਖੇਡਦਾ, ਮੈਂ ਫੁੱਟਬਾਲ ਖੇਡਦਾ ਮੋਬਾਈਲ ਦੇ ਉੱਤੇ, ਕ੍ਰਿਕਟ ਵੀ ਮੋਬਾਈਲ ਦੇ ਉੱਤੇ, ਗੋਲੂ ਮੋਲੂ ਖਾ ਕੇ, ਪੀਜ਼ਾ ਖਾ ਕੇ, ਬਰਗਰ ਮੂਦਾ ਪਿਆ ਸੈਂਡਵਿਚ ਖਾਈ ਜਾਂਦਾ, ਗੋਲੂ ਮੋਲੂ ਜਿਹਾ ਬਣਿਆ ਹੋਇਆ ਅਤੇ ਖੇਡਦਾ ਪਿਆ। ਕੀ ਖੇਡਦਾ ਪਿਆ? ਰੈਸਲਿੰਗ ਵੀਡੀਓ ਗੇਮ ਦੇ ਵਿੱਚ। ਉਹ ਗਰਾਊਂਡ 'ਚ ਜਾਓ ਯਾਰ, ਰਿੰਗ 'ਚ ਜਾਓ ਯਾਰ, ਸਪੋਰਟਸ ਕਰੋ, ਕਰਕੇ ਤਾਂ ਦਿਖਾਓ। ਫਿਰ ਕਹੀਏ ਕਿ ਤੁਸੀਂ ਕਮਾਲ ਕਰਦੇ ਪਏ ਹੋ, ਇਹ ਕੀ ਕਰਦੇ ਪਏ? ਹਾਲੇ ਅੱਗੇ ਓਲੰਪਿਕਸ ਵਿੱਚ ਸ਼ਾਇਦ ਹੁਣ ਈ ਗੇਮਸ ਵੀ ਸ਼ੁਰੂ ਹੋ ਜਾਣ, ਸ਼ਾਇਦ। ਮੈਂ ਤਾਂ ਸੋਚਦਾ ਸੀ ਗੁੱਲੀ ਡੰਡਾ ਵੀ ਸ਼ੁਰੂ ਹੋ ਜਾਏ ਤਾਂ ਬਹੁਤ ਵਧੀਆ, ਪਰ ਚਲੋ ਈ ਗੇਮਸ ਸ਼ੁਰੂ ਹੋ ਜਾਣ। ਇੱਕ ਵਾਰੀ ਕੀ ਹੋਇਆ ਕਿ ਮੈਂ ਕਿਤੇ ਗਿਆ ਅਤੇ ਉੱਥੇ ਗੋਲੂ ਮੋਲੂ ਜੇ ਬੱਚੇ ਖੇਡਦੇ ਪਏ ਨੇ, ਉਹਨਾਂ ਦੇ ਉੱਤੇ ਕੋਚ ਵੀ ਹੈਗਾ, ਹੋਏ ਇੱਧਰ, ਹੋਏ ਇੱਧਰ, ਜਿਵੇਂ ਕੋਚ ਕਰਦੇ ਹੁੰਦੇ ਨੇ, ਉਹ ਗੋਲੂ ਮੋਲੂ ਜੇ ਭੱਜੇ ਫਿਰਦੇ ਨੇ। ਮੈਂ ਕਿਹਾ ਵੀ ਬਹੁਤ ਵਧੀਆ ਸਪੋਰਟਸ। ਕਹਿੰਦੇ ਭਾਅ ਜੀ ਗੱਲ ਇਹ ਹੈ, ਇਹ ਸਾਰੇ ਉਹਨਾਂ ਘਰਾਂ ਦੇ ਬੱਚੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬੁੜਾ ਕੰਫਰਟ ਜ਼ੋਨ ਦਿੱਤਾ ਹੋਇਆ, ਆਰਾਮ ਆਰਾਮ। ਇਹ ਉਹ ਘਰਾਂ ਦੇ ਬੱਚੇ ਨੇ, ਗੋਲੂ ਮੋਲੂ ਹੋਏ ਹੋਏ ਨੇ, ਸ਼ਾਮ ਨੂੰ ਸਪੈਸ਼ਲ ਕੋਚ ਰੱਖਿਆ ਵੀ ਇਹਨਾਂ ਦੀ ਕਸਰਤ ਕਰਵਾਇਆ ਕਰ, ਇਸ ਕਰਕੇ ਹੋਰ ਕੋਈ ਸਪੋਰਟਸ ਨਹੀਂ ਹੈਗਾ, ਇਹਨਾਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਆਉਣਾ। ਮੈਂ ਕਿਹਾ ਚਲੋ ਕੋਈ ਨਾ, ਕਹੀ ਗੱਲ ਤਾਂ ਸਹੀ, ਪਰ ਆਏ ਤਾਂ ਹੋਏ ਨੇ, ਹੌਲੀ ਹੌਲੀ ਆਦਤ ਵੀ ਪੈ ਜੂਗੀ। ਕੰਫਰਟ ਜ਼ੋਨ ਮਤਲਬ ਮਾਂ ਬਾਪ ਨੂੰ ਵੀ ਬੜਾ, ਮੇਰਾ ਬੱਚਾ AC 'ਚ ਹੀ ਰਹੇ, ਹਾਏ ਹਾਏ, ਗਰਮ ਠੰਡੀ, ਗਰਮ ਠੰਡੀ, ਮਤਲਬ ਸਾਰਾ ਦਿਨ ਇਹੀ। ਕਹਿੰਦਾ ਜੀ ਗਰਾਊਂਡ 'ਚ ਆਓ ਔਰ ਪੂਰੇ ਟਰੈਕ 'ਤੇ ਦੌੜੋ, ਗਰਮੀ ਦੇ ਵਿੱਚ ਟਰੈਕ 'ਤੇ। ਪਹਿਲਾਂ ਤੁਸੀਂ ਐਂ ਕਰੋ, ਟਰੈਕ ਦੇ ਆਲੇ ਦੁਆਲੇ ਕੂਲਰ ਲਗਵਾਓ। ਅਰੇ ਬਾਪ ਰੇ, ਟਰੈਕ ਦੇ ਆਲੇ ਦੁਆਲੇ ਗਰਾਊਂਡ ਦੇ ਵਿੱਚ ਕੂਲਰ? ਯੈਸ, ਬੱਚਿਆਂ ਨੂੰ ਗਰਮੀ ਲੱਗ ਗਈ ਫਿਰ। ਅਤੇ ਭਾਅ ਜੀ ਇਹ ਜਿਹੜੀ ਪੋਲਿਸੀ ਬਣਾਉਂਦੇ ਪਏ ਹੋ ਤੁਸੀਂ, ਇਹ ਤੁਸੀਂ ਕਿੱਥੇ ਬੈਠੇ ਹੋਏ? ਮੈਂ ਏਅਰ ਕੰਡੀਸ਼ਨ ਦੇ ਵਿੱਚ ਪੂਰਾ ਚਿਲਡ ਕੀਤਾ ਹੋਇਆ, ਉੱਥੇ ਬਹਿ ਕੇ ਪੋਲਿਸੀ ਬਣਾਉਂਦਾ ਪਿਆ। ਕਹਿੰਦੇ ਫਿਰ ਠੀਕ ਹੈ, ਕੋਈ ਬੰਦਾ ਨਾਲ AC ਲੈ ਕੇ ਭੱਜਿਆ ਨਾ ਜਾਵੇ ਜਦੋਂ ਬੱਚੇ ਭੱਜਣ ਗਰਾਊਂਡ ਦੇ ਵਿੱਚ। ਇਹ ਕਮਾਲ ਹੈ ਯਾਰ, ਤੁਸੀਂ ਸਖਤ ਬਣਾਉਣਾ ਬੱਚਿਆਂ ਨੂੰ। ਇਹ ਕੱਲ੍ਹ ਨੂੰ ਆਰਮੀ 'ਚ ਜਾਣਗੇ, ਫੌਜ 'ਚ ਜਾਣਗੇ, ਇਹ ਬੱਚੇ ਨਾਜ਼ੁਕ ਨਾਜ਼ੁਕ ਕਿੱਥੋਂ ਜਾਣਗੇ? ਨੋ। ਇਸ ਕਰਕੇ ਸਟਰੈਂਥ, ਫਿਜ਼ੀਕਲੀ ਮੈਂਟਲੀ ਅਲਰਟ ਕਰੋ ਬੱਚੇ ਨੂੰ। ਇਹ ਕੀ ਬਣਾ ਕੇ ਰੱਖਿਆ ਹੋਇਆ ਯਾਰ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਕੰਫਰਟ ਜ਼ੋਨ, ਕੰਫਰਟ ਜ਼ੋਨ, ਕਿੰਨਾ ਕੰਫਰਟ ਜ਼ੋਨ ਯਾਰ। ਕਹਿੰਦੇ ਕਿ ਸਾਰਾ ਘਰ ਹੀ ਆਟੋਮੈਟਿਕ ਕਰ ਲਵੋ, ਹੈ ਨਾ, ਸਵਿੱਚ ਦੱਬੋ ਅਤੇ ਸਾਰੇ ਕੰਮ ਹੋ ਜਾਣ। ਪਾਪਾ ਉਹ ਤਾਂ ਠੀਕ ਹੈ, ਸਵਿੱਚ ਦੱਬਣ ਨਾਲ ਸਾਰੇ ਕੰਮ ਹੋ ਜਾਣਗੇ, ਪਰ ਸਵਿੱਚ ਕੌਣ ਦੱਬੂ? ਹਾਏ ਹਾਏ, ਸਵਿੱਚ ਦੱਬਣ ਵਾਸਤੇ ਵੀ ਬੰਦਾ ਚਾਹੀਦਾ, ਇੰਨਾ ਕੰਫਰਟ ਜ਼ੋਨ। ਖੈਰ, ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ, ਹੋਰ ਕਰਦੇ ਹਾਂ ਸਪੋਰਟਸ ਦੀਆਂ ਗੱਲਾਂ, ਕਿਉਂਕਿ ਓਲੰਪਿਕਸ ਚੱਲਦੀਆਂ ਪਈਆਂ ਨੇ। ਓਲੰਪਿਕਸ, ਯੈਸ। ਲਓ ਜੀ, ਓਲੰਪਿਕਸ 26 ਜੁਲਾਈ ਤੋਂ ਸ਼ੁਰੂ ਹੋਈਆਂ, 11 ਅਗਸਤ ਤੱਕ ਚੱਲਣੀਆਂ ਨੇ। ਇਹ 19 ਦਿਨ ਦਾ ਕੰਪੀਟੀਸ਼ਨ ਹੈ ਜਿਹਦੇ ਵਿੱਚ 200 ਦੇ ਕਰੀਬ ਦੇਸ਼ ਹਿੱਸਾ ਲੈ ਰਹੇ ਨੇ ਔਰ 32 ਕਿਸਮ ਦੀਆਂ ਸਪੋਰਟਸ ਨੇ। ਜ਼ਰਾ ਦੇਖੋ ਤਾਂ ਸਹੀ, ਉਹ ਸਪੋਰਟਸਮੈਨ ਕਿੱਦਾਂ ਲੱਗੇ ਹੋਏ ਨੇ ਧੁੱਪਾਂ ਦੇ ਵਿੱਚ ਪ੍ਰੈਕਟਿਸ। ਯੈਸ, ਸਪੋਰਟਸ ਵਾਲੇ ਕਹਿੰਦੇ ਨੇ ਕਿ ਇੰਨੀ ਮਿਹਨਤ, ਇੰਨੀ ਮਿਹਨਤ, ਇੰਨੀ ਮਿਹਨਤ ਕਿ ਆਪਣੇ ਖੂਨ ਨੂੰ ਪਸੀਨੇ ਵਕਣ ਵਹਾਉਣਾ ਪੈਂਦਾ ਤਾਂ ਜਾ ਕੇ ਉਸ ਲੈਵਲ ਦਾ ਸਪੋਰਟਸਮੈਨ ਤਿਆਰ ਹੁੰਦਾ। ਸਚਿਨ ਤੇਂਦੁਲਕਰ, ਪੁਰਾਣੇ ਦੇਖੋ ਤਾਂ ਮੇਜਰ ਧਿਆਨ ਚੰਦ ਹਾਕੀ ਦੇ, PT ਊਸ਼ਾ, ਮਤਲਬ ਇਹ ਐਵੇਂ ਨਹੀਂ ਤਿਆਰ ਹੁੰਦੇ। ਇਹ ਤੁਸੀਂ ਫਾਈਨਲ ਪ੍ਰੋਡਕਟ ਦੇਖ ਰਹੇ ਹੋ, ਇਹਨਾਂ ਦਾ ਪ੍ਰੋਸੈਸ ਬੜਾ ਡਿਫੀਕਲਟ ਹੈ।
ਬਹੁਤ ਡਿਫੀਕਲਟ, ਬਹੁਤ ਤਗੜਾ ਡਿਸਿਪਲਨ ਡਾਇਟ ਨੂੰ ਲੈ ਕੇ ਔਰ ਪ੍ਰੈਕਟਿਸ ਗਰਾਊਂਡ ਦੇ ਵਿੱਚ ਕਿੰਨੇ ਕਿੰਨੇ ਘੰਟੇ ਲਗਾਤਾਰ, ਐਵੇਂ ਥੋੜ੍ਹਾ ਇਹ ਸਪੋਰਟਸਮੈਨ ਬਣਦੇ ਨੇ। ਸੋ ਇਹ ਸਭ ਚੀਜ਼ਾਂ ਜ਼ਰੂਰੀ ਨੇ, ਜਿਸਮ ਨੂੰ ਸਖਤ ਬਣਾਉਣਾ ਪੈਂਦਾ, ਦਿਮਾਗ ਨੂੰ ਮਜ਼ਬੂਤ ਬਣਾਉਣਾ ਪੈਂਦਾ, ਕਿਉਂਕਿ ਸਾਈਕੋਲੋਜੀਕਲੀ ਪ੍ਰੈਸ਼ਰ ਲੈਣਾ ਆਉਣਾ ਚਾਹੀਦਾ ਤੁਹਾਨੂੰ। ਮੰਨ ਲਓ ਤੁਸੀਂ ਗੇਮ ਹਾਰਦੇ ਪਏ ਹੋ, ਰੋਣ ਥੋੜ੍ਹਾ ਬਹਿ ਜਾਓਗੇ, ਮੁਕਾਬਲਾ ਕਰੋ, ਲਾਸਟ ਮੂਮੈਂਟ ਤੱਕ ਮੁਕਾਬਲਾ ਕਰੋ। ਕਈ ਤਾਂ ਇੱਦਾਂ ਹੁੰਦਾ ਕਿ ਜਦੋਂ ਮੈਦਾਨ ਵਿੱਚ ਉਤਰੇ ਨੇ ਤਾਂ ਹਜ਼ਾਰਾਂ ਉੱਥੇ ਦਰਸ਼ਕ ਬੈਠੇ ਨੇ, ਉਹਨਾਂ ਦਾ ਰੌਲਾ ਰੱਬਾ, ਉਹਨਾਂ ਨੂੰ ਫੇਸ ਕਰਨਾ ਯਾਰ, ਕਈ ਉਸ ਚੀਜ਼ ਦੇ ਵਿੱਚ ਆਪਣੇ ਦਿਮਾਗ ਦੇ ਉੱਤੇ, ਮਨ ਦੇ ਉੱਤੇ ਪ੍ਰੈਸ਼ਰ ਲੈ ਲੈਂਦੇ ਨੇ, ਡਾਊਨ ਨੋ। ਕਈ ਵਾਰ ਭੈੜੇ ਭੈੜੇ ਕਮੈਂਟ ਵੀ ਆਣਗੇ ਤੁਹਾਨੂੰ ਪਬਲਿਕ ਦੇ ਵਿੱਚੋਂ, ਪਤਾ ਨਹੀਂ ਕੀ ਕੁਝ ਬੋਲਣਗੇ, ਉਸ ਚੀਜ਼ ਨੂੰ ਵੀ ਬਰਦਾਸ਼ਤ ਕਰਨਾ ਹੈ। ਸੋ ਫਿਜ਼ੀਕਲੀ ਸਟਰੋਂਗ ਹੋਣਾ, ਪ੍ਰੈਕਟਿਸ ਨਾਲ, ਡਾਇਟ ਨਾਲ, ਡੈਡੀਕੇਸ਼ਨ, ਡਿਸਿਪਲਨ, ਸਵੇਰੇ 3 ਵਜੇ ਉੱਠ ਕੇ, 4 ਵਜੇ ਉੱਠ ਕੇ ਚਲੋ ਗਰਾਊਂਡ ਦੇ ਵਿੱਚ, ਯੈਸ। ਔਰ ਨਾਲ ਮੈਂਟਲੀ ਵੀ ਅਲਰਟ ਹੋਣਾ, ਮੈਂਟਲੀ ਮਜ਼ਬੂਤ ਹੋਣਾ, ਤਾਂ ਹੀ ਤੁਸੀਂ ਇੰਨੇ ਦਰਸ਼ਕਾਂ ਦਾ ਸਾਹਮਣਾ ਕਰੋਗੇ। ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀ ਟ੍ਰੋਲਿੰਗ ਸ਼ੁਰੂ ਹੋ ਗਈ, ਤੁਸੀਂ ਤਾਂ ਮਰ ਜਾਓਗੇ ਜੇ ਟ੍ਰੋਲਿੰਗ ਨੂੰ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ। ਹੋਏਗੀ, ਸਾਰੇ ਜਣੇ ਤਾਰੀਫ਼ ਨਹੀਂ ਕਰਨਗੇ, 100 ਵਿੱਚੋਂ 99 ਗਲਤ ਬੋਲਣਗੇ, ਇਹ ਮੰਨ ਕੇ ਚੱਲੋ, ਸਿਰਫ 1% ਲੋਕ ਤੁਹਾਨੂੰ ਸਹੀ ਕਹਿਣਗੇ। ਸੋ ਦਿਸ ਇਜ਼ ਦਾ ਹਾਰਡ ਫੈਕਟ। ਕਈ ਲੋਕ ਵੈਸੇ ਹੀ ਤੁਹਾਨੂੰ ਜਾਣ ਬੁੱਝ ਕੇ ਗਲਤ ਬੋਲਦੇ ਨੇ ਕਿ ਤੁਹਾਡੀ ਪਰਫੋਰਮੈਂਸ ਖਰਾਬ ਹੋ ਜਾਏ, ਕਿਉਂਕਿ ਸਪੋਰਟਸ ਪਰਫੋਰਮਿੰਗ ਆਰਟ ਆ, ਲੋਕਾਂ ਦੇ ਸਾਹਮਣੇ ਤੁਸੀਂ ਉਹ ਕਰਕੇ ਦਿਖਾਉਣਾ ਜਿਸ ਦਾ ਤੁਸੀਂ ਸੁਪਨਾ ਦੇਖ ਰਹੇ ਹੋ। ਸੋ ਓਲੰਪਿਕਸ ਚੱਲ ਰਹੀਆਂ ਨੇ ਔਰ ਸਾਰੇ ਦੁਨੀਆ ਦੇ ਸਾਰੇ ਸਪੋਰਟਸ ਪਰਸਨਸ ਦਾ ਇਹ ਸੁਪਨਾ ਹੁੰਦਾ ਕਿ ਓਲੰਪੀਅਨ ਬਣਨਾ, ਪਰ ਇੰਨਾ ਆਸਾਨ ਨਹੀਂ ਹੈਗਾ। ਪੂਰੀ ਮਿਹਨਤ, ਪੂਰੀ ਡੈਡੀਕੇਸ਼ਨ ਚਾਹੀਦੀ ਹੈ, ਉਹ ਗੋਲੂ ਮੋਲੂ ਬਣ ਕੇ ਨਹੀਂ ਕੰਮ ਚੱਲੂਗਾ। ਯੈਸ, ਹਾਰਡਸ਼ਿਪਸ ਲੈਣੀਆਂ ਪੈਣਗੀਆਂ, ਮਜ਼ਬੂਤ ਬਣਨਾ ਪਏਗਾ, ਸਖਤ ਜਿਸਮ, ਸਟਰੋਂਗ ਜਿਸਮ, ਸਖਤ ਸੋਚ, ਸਟਰੋਂਗ ਦਿਮਾਗ, ਔਰ ਇਹ ਚੀਜ਼ਾਂ ਤਾਂ ਹੀ ਇੱਕ ਵਧੀਆ ਰਿਜ਼ਲਟ ਲੈ ਕੇ ਆਉਂਦੀਆਂ ਨੇ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ। ਸਪੋਰਟਸ ਸਾਨੂੰ ਨਾ ਇੱਕ ਵਧੀਆ ਇਨਸਾਨ ਬਣਾਉਂਦੀਆਂ ਨੇ, ਡਿਸਿਪਲਨ। ਹੁਣ ਡਿਸਿਪਲਨ ਅਸੀਂ ਸਿੱਖਦੇ ਹਾਂ ਸਪੋਰਟਸ ਦੇ ਗਰਾਊਂਡ ਦੇ ਵਿੱਚ, ਨਾਲ ਅਸੀਂ ਸਿੱਖਦੇ ਹਾਂ ਟੀਮ ਵਰਕ, ਸਾਰੀ ਟੀਮ ਮਿਲ ਕੇ ਜਿੱਤਦੀ ਹੈ ਨਾ, ਇਕੱਲਾ ਬੰਦਾ ਤਾਂ ਗੋਲ ਨਹੀਂ ਨਾ ਕਰ ਸਕਦਾ, ਪੂਰਾ ਕੰਬੀਨੇਸ਼ਨ ਬਣਦਾ, ਉਹਨੂੰ ਪਾਸ ਦਿੱਤਾ, ਉਹਨੂੰ ਪਾਸ ਦਿੱਤਾ, ਉਹਨੂੰ ਪਾਸ ਦਿੱਤਾ, ਉਹਨੂੰ ਪਾਸ ਦਿੱਤਾ, ਔਰ ਫਾਈਨਲ ਗੋਲ। ਯਾ ਹਰ ਗੇਮ ਇੱਦਾਂ ਹੀ ਹੈ, ਸਭ ਦੇ ਆਪਣੇ ਆਪਣੇ ਰੂਲਸ ਨੇ, ਪਰ ਇਟ ਇਜ਼ ਅ ਟੀਮ ਵਰਕ, ਇਕੱਲਾ ਬੰਦਾ ਨਹੀਂ ਹੁੰਦਾ, ਸਾਰੀ ਟੀਮ ਇਕੱਠੀ ਹੁੰਦੀ ਹੈ, ਔਰ ਇਹੀ ਚੀਜ਼ ਤੁਸੀਂ ਹਰ ਜਗ੍ਹਾ ਅਪਣਾਉਣੀ ਹੈ। ਆਫਿਸ ਦੇ ਵਿੱਚੋਂ ਸਾਰਾ ਟੀਮ ਵਰਕ ਹੈ, ਕਿਸੇ ਬਿਜ਼ਨਸ ਦੇ ਵਿੱਚੋਂ ਸਾਰਾ ਟੀਮ ਵਰਕ ਹੈ, ਜਿੱਥੇ ਮਰਜ਼ੀ ਚਲੇ ਜਾਓ, ਘਰ ਦੇ ਵਿੱਚ ਵੀ ਟੀਮ ਵਰਕ ਹੈ, ਮੁਹੱਲੇ ਦੇ ਵਿੱਚ ਵੀ ਟੀਮ ਵਰਕ ਹੈ, ਸਭ ਜਗ੍ਹਾ ਟੀਮ ਵਰਕ ਹੈ। ਸੋ ਇਸ ਚੀਜ਼ ਨੂੰ ਸਿਖਾਉਂਦੀਆਂ ਨੇ ਸਪੋਰਟਸ। ਵਾਟਰਲੂ ਦੀ ਲੜਾਈ ਜਦੋਂ ਜਿੱਤ ਲਈ ਨਾ ਫੌਜੀਆਂ ਨੇ, ਤਾਂ ਉਹਨਾਂ ਦੇ ਕਮਾਂਡਰ ਨੂੰ ਪੁੱਛਿਆ ਗਿਆ ਕਿ ਇਹ ਲੜਾਈ ਤੁਸੀਂ ਜਿੱਤੀ ਹੈ, ਕੀ ਕਾਰਨ ਨੇ ਇਹਦੇ, ਕਿੱਦਾਂ ਜਿੱਤ ਲਈ? ਕਹਿੰਦੇ ਸਪੋਰਟਸ, ਅਸੀਂ ਸਪੋਰਟਸ ਕਰਦੇ ਰਹੇ ਹਾਂ ਔਰ ਸਪੋਰਟਸ ਨੇ ਸਾਨੂੰ ਇੰਨਾ ਮਜ਼ਬੂਤ ਬਣਾਇਆ ਕਿ ਅਸੀਂ ਲੜਾਈ ਦੇ ਵਿੱਚ ਵੀ ਉਸੇ ਡਿਸਿਪਲਨ ਨੂੰ ਫੋਲੋ ਕੀਤਾ, ਉਸੇ ਟੀਮ ਵਰਕ ਨੂੰ ਫੋਲੋ ਕੀਤਾ, ਔਰ ਅੱਜ ਅਸੀਂ ਇਸ ਮੁਕਾਮ 'ਤੇ ਹਾਂ ਕਿ ਅਸੀਂ ਇਹ ਲੜਾਈ ਜਿੱਤ ਚੁੱਕੇ ਹਾਂ। ਔਰ ਪੁਰਾਣਾ ਇਤਿਹਾਸ ਦੇਖੋ, ਜੋ ਰਾਜਾ ਮਹਾਰਾਜਾ ਸੀ, ਬੜੇ ਤਗੜੇ ਸਪੋਰਟਸਮੈਨ ਹੁੰਦੇ ਸੀ, ਕਿਉਂਕਿ ਜਦੋਂ ਉਹ ਸਾਰੀ ਤਲਵਾਰਬਾਜ਼ੀ, ਸਾਰੀ ਤੀਰਅੰਦਾਜ਼ੀ ਸਭ ਕੁਝ ਇਹ ਸਿੱਖਦੇ ਨੇ, ਵਾਰਫੇਅਰ ਦੀਆਂ ਜਿੰਨੀਆਂ ਹਥਿਆਰ ਚਲਾਉਣ ਦੀਆਂ ਗੇਮਸ ਨੇ ਸਭ ਸਿੱਖਦੇ ਨੇ, ਸਪੋਰਟਸ। ਤੁਸੀਂ ਘਰੋਂ ਸਾਈਕਲ 'ਤੇ ਜਾਂਦੇ ਹੋ ਕਿਤੇ, ਸਪੋਰਟਸ। ਤੁਸੀਂ ਪੈਦਲ ਜਾਂਦੇ ਹੋ, ਦੌੜ ਕੇ ਜਾਂਦੇ ਹੋ, ਸਪੋਰਟਸ। ਸਵੇਰੇ ਉੱਠ ਕੇ ਤਿਆਰ ਹੁੰਦੇ ਹੋ ਕਿਤੇ ਜਾਣ ਵਾਸਤੇ, ਸਪੋਰਟਸ ਹੈ। ਹਾਂ, ਤੁਹਾਡੀ ਉਹ ਭਾਵਨਾ ਹੋਣੀ ਚਾਹੀਦੀ ਹੈ ਕਿ ਆਪਣੇ ਕੰਮ ਦੇ ਪ੍ਰਤੀ ਪੂਰੀ ਡੈਡੀਕੇਸ਼ਨ, ਕੰਮ ਕਰਨਾ ਜਾ ਕੇ, ਇਹ ਨਹੀਂ ਯਾਰ ਜਾਣਾ ਪੈਣਾ ਯਾਰ, ਕੀ ਕਰਾਂ ਯਾਰ, ਜੀ ਤਾਂ ਨਹੀਂ ਕਰਦਾ ਯਾਰ, ਪਰ ਇਹ ਕੀ ਹੈ, ਆ ਕੀ ਰੋਈ ਜਾਂਦਾ, ਉੱਥੇ ਕੰਮ ਕੀ ਕਰੇਗਾ, ਕੁਝ ਨਹੀਂ ਕਰ ਸਕੇਗਾ। ਜਜ਼ਬਾ, ਜਜ਼ਬਾ ਸਪੋਰਟਸਮੈਨਸ਼ਿਪ ਬਣਾਉਂਦਾ ਹੈ, ਇਸ ਕਰਕੇ ਜਜ਼ਬਾ, ਜਜ਼ਬਾਤੀ ਹੋ ਕੇ
ਨਹੀਂ, ਆਪਣੇ ਜਜ਼ਬਿਆਂ ਨੂੰ ਕੰਟਰੋਲ ਕਰਕੇ ਕੰਮ ਕਰੋ। ਜਜ਼ਬਾਤੀ ਹੋ ਕੇ ਤਾਂ ਤੁਸੀਂ ਕੁਝ ਵੀ ਨੁਕਸਾਨ ਕਰ ਸਕਦੇ ਹੋ। ਸੌਣਾ ਬਹੁਤ ਪਸੰਦ ਹੈ, ਕਹਿੰਦਾ ਸਵੇਰੇ 5 ਵਜੇ ਉੱਠਦਾ, 2 ਮਿੰਟ ਵਾਸਤੇ ਅੱਖਾਂ ਬੰਦ ਕਰਦਾ, 7 ਵਜੇ ਹੁੰਦੇ ਨੇ, ਇਹ ਵੀ ਤਾਂ ਜਾਦੂ ਹੈ। ਸੋ ਜਜ਼ਬਾ, ਕੰਮ ਹਮੇਸ਼ਾ ਜਜ਼ਬੇ ਨਾਲ ਕਰੋ, ਜਜ਼ਬਾਤੀ ਹੋ ਕੇ ਨਹੀਂ। ਜਜ਼ਬਾਤੀ ਹੋ ਕੇ ਕਰੋਗੇ ਤਾਂ ਗਲਤੀਆਂ ਕਰੋਗੇ, ਜਜ਼ਬੇ ਨਾਲ ਕਰੋਗੇ ਤਾਂ ਉਹੀ ਜਜ਼ਬਾਤ ਤੁਹਾਡੇ ਜਜ਼ਬੇ ਦੇ ਵਿੱਚ ਬਦਲ ਜਾਣਗੇ ਅਤੇ ਤੁਸੀਂ ਅਨੁਸ਼ਾਸਨ ਦੇ ਵਿੱਚ, ਡਿਸਿਪਲਿਨ ਦੇ ਵਿੱਚ ਕੰਮ ਕਰੋਗੇ। ਸੋ ਸਪੋਰਟਸਮੈਨ, ਸਪੋਰਟਸ ਪਰਸਨ ਬਹੁਤ ਜ਼ਿਆਦਾ, ਜਿਹਨੂੰ ਆਪਾਂ ਕਹਿੰਦੇ ਹਾਂ ਕੰਟਰੋਲਡ ਇੱਕ ਪਰਸਨੈਲਿਟੀ ਹੈ, ਜਿਹਨੇ ਸਭ ਕੁਝ ਆਪਣਾ ਕੰਟਰੋਲ ਕੀਤਾ ਹੋਇਆ, ਕਾਬੂ ਕੀਤਾ ਹੋਇਆ। ਸੋ ਇਸ ਤਰ੍ਹਾਂ ਦਾ ਇਨਸਾਨ ਜਿਹੜਾ ਟਰੂ ਡੈਫੀਨੇਸ਼ਨ ਦੇ ਮੁਤਾਬਿਕ, ਸੱਚੀ ਪਰਿਭਾਸ਼ਾ ਦੇ ਮੁਤਾਬਿਕ, ਸੱਚਾਈ ਦੇ ਮੁਤਾਬਿਕ ਜਿਹੜਾ ਸਪੋਰਟਸ ਪਰਸਨ ਹੈ, ਹੀ ਇਜ਼ ਅ ਰੀਅਲ ਪਰਸਨ, ਅ ਜੈਨੂਅਨ ਪਰਸਨ। ਤਾਂ ਇਸ ਕਰਕੇ ਸਪੋਰਟਸ ਇਨਸਾਨ ਦੇ ਅੰਦਰੋਂ ਬੁਰਾਈਆਂ ਕੱਢ ਦਿੰਦੀ ਹੈ ਔਰ ਪੂਰਾ ਔਰਗਨਾਈਜ਼ਡ ਕਰ ਦਿੰਦੀ ਹੈ ਇਨਸਾਨ ਨੂੰ, ਜਿੱਦਾਂ ਨੇਚਰ ਔਰਗਨਾਈਜ਼ਡ ਆ, ਕਿਉਂਕਿ ਇਹ ਵੀ ਤਾਂ ਸਪੋਰਟਸ ਹੈ ਨਾ। ਕਿਹਾ ਜਾਂਦਾ ਨਾ ਕਿ ਇਹ ਖੇਡ ਹੈ, ਕੁਦਰਤ ਇੱਕ ਖੇਡ ਹੈ ਜੋ ਪਰਮਾਤਮਾ ਨੇ ਰਚੀ ਹੈ, ਇਹ ਬ੍ਰਹਮੰਡ ਇੱਕ ਖੇਡ ਹੈ, ਯੂਨੀਵਰਸ ਇੱਕ ਖੇਡ ਹੈ, ਇਹ ਦੁਨੀਆ ਦੀ ਖੇਡ ਹੈ ਜੋ ਪਰਮਾਤਮਾ ਨੇ ਰਚੀ। ਸੋ ਉਹ ਵੀ ਖੇਡ ਹੈ ਅਤੇ ਇਹ ਵੀ ਖੇਡ ਹੈ। ਸੋ ਖੇਡ ਨੂੰ ਖੇਡ 'ਚ ਮਿਕਸ ਕਰਕੇ ਖਿਡਾਰੀ ਬਣੋ ਤਾਂ ਵਾਕਈ ਜ਼ਿੰਦਗੀ ਦੀ ਹਰ ਮੰਜ਼ਿਲ ਦੇ ਉੱਤੇ ਤੁਸੀਂ ਪਹੁੰਚ ਸਕਦੇ ਹੋ। ਪ੍ਰੋਗਰਾਮ ਚੱਲ ਰਿਹਾ ਕੱਲ ਦਿਲ 'ਤੇ। ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਦੇਖੀਏ, ਪੰਜਾਬ ਦੇ ਕਲਚਰ ਨੂੰ ਦੇਖੀਏ, ਤਾਂ ਸਪੋਰਟਸ ਸਾਡੇ ਪੰਜਾਬ ਦੇ ਕਲਚਰ ਦਾ ਹਿੱਸਾ ਸ਼ੁਰੂ ਤੋਂ ਨੇ। ਬਚਪਨ ਦੀਆਂ ਸਪੋਰਟਸ, ਪੇਂਡੂ ਖੇਡਾਂ ਹੈ ਨਾ, ਅੱਜ ਵੀ ਖੇਡੀਆਂ ਜਾਂਦੀਆਂ ਨੇ। ਗੁਰੂ ਸਾਹਿਬ ਦਾ ਇਤਿਹਾਸ ਦੇਖੋ ਤਾਂ ਉਹ ਵੀ ਖੇਡਾਂ, ਔਰ ਪੁਰਾਣਾ ਦੂਸਰੇ ਦੇਸ਼ਾਂ ਦਾ ਇਤਿਹਾਸ ਦੇਖੋ, ਉੱਥੇ ਵੀ ਖੇਡਾਂ ਨੇ। ਜੋ ਆਪਾਂ ਓਲੰਪਿਕਸ ਦੀ ਗੱਲ ਕਰ ਰਹੇ ਹਾਂ, ਹਜ਼ਾਰਾਂ ਸਾਲ ਪੁਰਾਣੀਆਂ ਖੇਡਾਂ ਨੇ, ਰੋਮ ਤੋਂ ਸ਼ੁਰੂ ਹੋਈਆਂ, ਐਥਨਸ ਤੋਂ, ਔਰ ਉਸ ਤੋਂ ਬਾਅਦ ਇੱਕ ਗੈਪ ਵੀ ਆਇਆ, ਫਿਰ ਰਿਵਾਈਵ ਕੀਤਾ ਗਿਆ, ਫਿਰ ਦੁਬਾਰਾ ਤੋਂ ਇਹ ਖੇਡਾਂ ਸ਼ੁਰੂ ਹੋਈਆਂ। ਸੋ ਇਹ ਖੇਡਾਂ ਦਾ ਕਲਚਰ ਇਸੇ ਤਰ੍ਹਾਂ ਹੀ ਚੱਲਦਾ ਰਹੇ, ਸਪੋਰਟਸਮੈਨਸ਼ਿਪ ਇਸੇ ਤਰ੍ਹਾਂ ਚੱਲਦੀ ਰਹੇ, ਪੂਰੀ ਦੁਨੀਆ ਖੇਡੇ, ਤਾਂ ਵਾਕਈ ਪੂਰੀ ਦੁਨੀਆ 'ਚੋਂ ਬੁਰਾਈਆਂ ਖਤਮ ਹੋ ਸਕਦੀਆਂ ਨੇ, ਪੂਰੀ ਦੁਨੀਆ ਚੰਗੀ ਬਣ ਸਕਦੀ ਹੈ, ਸਪੋਰਟਸ ਸਾਰੀ ਦੁਨੀਆ ਨੂੰ ਚੰਗਾ ਬਣਾ ਸਕਦੀ ਹੈ। ਸੋ ਕਈ ਵਾਰ ਅਸੀਂ ਕਹਿੰਦੇ ਨਾ ਸਵੇਰੇ ਉੱਠ ਕੇ ਐਕਸਰਸਾਈਜ਼ ਕਰਨ ਜਾਣਾ, ਐਕਸਰਸਾਈਜ਼ ਕਈ ਵਾਰ ਨਾ ਬਹੁਤ ਭਾਰੀ ਭਾਰੀ ਸ਼ਬਦ ਲੱਗਦਾ, ਜੇ ਉਹਦੇ ਥਾਂ 'ਤੇ ਆਪਾਂ ਕਹੋ ਸਵੇਰੇ ਉੱਠ ਕੇ ਮੈਂ ਖੇਡਣ ਜਾਣਾ, ਸਪੋਰਟਸ ਕਰਨ ਜਾਣਾ, ਤਾਂ ਅਸੀਂ ਚਾਈ ਚਾਈ ਜਾਵਾਂਗੇ, ਖੁਸ਼ੀ ਖੁਸ਼ੀ ਜਾਵਾਂਗੇ। ਕਾਰਨ, ਬਚਪਨ ਤੋਂ ਖੇਡਦੇ ਰਹੇ ਹਾਂ ਨਾ, ਉਹ ਬਚਪਨ ਦਾ ਬੱਚਾ ਆਪਣੇ ਅੰਦਰ ਹਜੇ ਵੀ ਜਿਉਂਦਾ ਹੈ, ਔਰ ਉਸਨੂੰ ਜਿਉਂਦਾ ਰੱਖਣਾ, ਔਰ ਜਿਉਂਦਾ ਰਹੇਗਾ ਤਾਂ ਸਪੋਰਟਸ ਕਰੇਗਾ, ਸਪੋਰਟਸ ਕਰੇਗਾ ਤਾਂ ਫਿੱਟ ਰਹੇਗਾ, ਦਿਮਾਗੀ ਤੌਰ 'ਤੇ ਵੀ, ਸਰੀਰਕ ਤੌਰ 'ਤੇ ਵੀ, ਅਤੇ ਜ਼ਿੰਦਗੀ ਦੇ ਵਿੱਚ ਹਰ ਉਹ ਕੰਮ ਕਰੇਗਾ ਜੋ ਉਹ ਕਰਨਾ ਚਾਹੁੰਦਾ। ਇਸ ਕਰਕੇ ਸਪੋਰਟਸ ਅਪਣਾਓ, ਸਪੋਰਟਸ ਅਪਣਾਉਣਾ ਬਹੁਤ ਜ਼ਰੂਰੀ ਹੈ। ਦਿਨ ਦੇ ਵਿੱਚ ਇੱਕ ਵਾਰੀ ਜ਼ਰੂਰ ਗਰਾਊਂਡ ਦੇ ਵਿੱਚ ਜਾਓ, ਜਾਂ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ, ਸਰੀਰਕ ਐਕਟੀਵਿਟੀਜ਼ ਜ਼ਰੂਰ ਕਰੋ, ਜਿੱਥੇ ਵੀ, ਆਫਿਸ ਦੇ ਵਿੱਚ ਵੀ ਜਗ੍ਹਾ ਮਿਲ ਜਾਏ, ਉੱਥੇ ਵੀ, ਕਿਤੇ ਵੀ। ਇਸ ਸਰੀਰ ਨੂੰ ਤੁਸੀਂ ਜ਼ਰੂਰ ਐਕਸਰਸਾਈਜ਼ ਦੇ ਮੋਡ ਦੇ ਵਿੱਚ ਲੈ ਕੇ ਆਓ, ਸਪੋਰਟਸ ਦੇ ਮੋਡ ਦੇ ਵਿੱਚ ਲੈ ਕੇ ਆਓ, ਔਰ ਆਪਣੀ ਡਾਇਟ ਦਾ ਵੀ ਨਾਲ ਖਿਆਲ ਰੱਖੋ। ਯਸ, ਨਾਲ ਸਪੋਰਟਸ ਨਾਲ ਡਾਇਟ, ਹਰ ਚੀਜ਼ ਤਾਂ ਹੀ ਕਮਾਲ ਕਰ ਸਕਦੀ ਹੈ, ਔਰ ਸਾਈਕੋਲੋਜੀਕਲੀ ਆਪਣੇ ਆਪ ਨੂੰ ਸਟਰੋਂਗ ਰੱਖਣਾ ਹੈ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ। ਸੋ ਆਈ ਥਿੰਕ ਕਿ ਇੰਨੀਆਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਬਚਪਨ ਦੀਆਂ ਖੇਡਾਂ ਯਾਦ ਆਈਆਂ ਹੋਣਗੀਆਂ, ਔਰ ਤੁਹਾਡਾ ਮਨ ਜ਼ਰੂਰ ਖੇਡਣ ਨੂੰ ਕਰਦਾ ਹੋਏਗਾ। ਇਸ ਕਰਕੇ ਅੱਜ ਤੋਂ, ਬਲਕਿ ਹੁਣ ਤੋਂ ਹੀ ਖੇਡਣਾ ਸ਼ੁਰੂ ਕਰ ਦਿਓ, ਔਰ ਆਪਣੇ ਪਰਿਵਾਰ ਨੂੰ ਵੀ ਕਹੋ ਖੇਡੋ, ਆਪਣੇ ਆਲੇ ਦੁਆਲੇ ਨੂੰ ਵੀ ਕਹੋ ਖੇਡੋ, ਆਪਣੇ ਸਾਰੇ ਸਰਕਲ ਨੂੰ, ਬੱਚਿਆਂ ਨੂੰ, ਸਭ ਨੂੰ ਕਹੋ ਖੇਡੋ, ਪਰ ਤੁਸੀਂ ਆਪ ਵੀ ਖੇਡੋ। ਇਹ ਨਹੀਂ ਕਿ ਸਭ ਨੂੰ ਸਮਝਾਈ ਜਾਓ ਅਤੇ ਆਪ ਬੈਠੇ ਰਹੋ ਆਰਾਮ ਨਾਲ, ਆਪ ਨਾ ਖੇਡੋ, ਇੱਦਾਂ ਥੋੜ੍ਹਾ ਹੋਏਗਾ। ਪਹਿਲਾਂ ਆਪ ਖੇਡ ਕੇ ਦਿਖਾਓ, ਫਿਰ ਸਾਰੇ ਖੇਡਣਗੇ। ਪਹਿਲਾਂ ਆਪ ਇੱਕ ਮਿਸਾਲ ਬਣੋ, ਆਪ ਇੱਕ ਉਦਾਹਰਣ ਬਣੋ, ਇੱਕ ਆਦਰਸ਼ ਬਣੋ। ਜੋ ਤੱਕ ਖੁਦ ਇਗਜ਼ਾਮਪਲ ਸੈੱਟ ਨਹੀਂ ਕਰੋਗੇ, ਕੋਈ ਤੁਹਾਨੂੰ ਫੋਲੋ ਨਹੀਂ ਕਰੇਗਾ। ਇਸ ਕਰਕੇ ਬੀ ਅ ਸਪੋਰਟਸ ਪਰਸਨ, ਅਤੇ ਬਾਕੀਆਂ ਨੂੰ ਵੀ ਐਪਰੀਸ਼ੀਏਟ ਕਰੋ, ਮੋਟੀਵੇਟ ਕਰੋ ਕਿ ਉਹ ਵੀ ਸਪੋਰਟਸ ਪਰਸਨ ਬਣਨ। ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬੋਕਸ ਕਰੋ,
ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਮੈਂ ਹਾਂ ਸੰਜੀਵ ਯਸ਼ ਖੰਨਾ, ਪ੍ਰੋਗਰਾਮ ਗੱਲ ਦਿਲ ਦੀ। ਸਤਿ ਸ਼੍ਰੀ ਅਕਾਲ।